ਤਾਜ਼ਾ ਨਾਰੀਅਲੇ, ਮੀਠੇ ਨਾਰੀਅਲੇ, 10 ਰੁਪਏ ਦਾ 20 ਰੁਪਏ ਨਾਰੀਅਲੇ, ਕੱਚੇ ਨਾਰੀਅਲੇ, ਤਾਜ਼ਾ ਨਾਰੀਅਲੇ, ਠੰਡੇ ਨਾਰੀਅਲੇ, ਮੀਠੇ ਨਾਰੀਅਲੇ। ਮੇਰਾ ਨਾਮ ਮੁਹੰਮਦ ਸਲੀਮ, ਲਾਹੌਰ ਸੇ ਆਇਆ ਜੀ। ਇਹਦੇ ਕੰਮ ਕਰਦੇ ਹੋ ਗਏ 22 ਸਾਲ, 20-22 ਸਾਲ ਹੋ ਗਏ ਪਿੰਡੀ ਇਸਲਾਮਾਬਾਦ ਮੇਂ ਜੇ ਫੇਰੀ ਕਰਦੇ ਹੈ। ਰਾਵਲ ਪਿੰਡੀ ਮੈਂ ਆਇਆ 1999 ਮੇਂ, 99 ਮੇਂ ਇੱਧਰ ਆਇਆ ਕੰਮ ਕੇ ਲਈ, ਮਜ਼ਦੂਰੀ ਕੇ ਲਈ ਇੱਧਰ ਆਇਆ। 3 ਬੱਚੇ ਹੈ, ਇੱਕ ਬੱਚਾ 14 ਸਾਲ ਕਾ, ਇੱਕ ਬੱਚਾ 8 ਸਾਲ ਕਾ, ਇੱਕ ਬੱਚੀ ਮੇਰੀ 4 ਸਾਲ ਕੀ ਹੈ। 20 ਬੱਚੇ ਮੇਰੇ ਛੋਟੇ ਆ, ਸ਼ਾਦੀ ਮੇਰੀ ਲੇਟ ਹੋਈ ਹੈ। ਇੱਕ ਬੱਚਾ ਮੇਰਾ ਪੜ੍ਹਦਾ ਹੈ, 5ਵੀਂ ਕਲਾਸ ਪਾਸ ਕੀ ਆ, ਮਸਜਿਦ ਮੇਂ ਪੜ੍ਹ ਰਿਹਾ ਹੈ, ਅਬ ਮਸਜਿਦ ਮੇਂ ਕੁਰਾਨ ਹਿਫਜ਼ ਕਰ ਰਿਹਾ ਹੈ, 4 ਸਪਾਰੇ ਹਿਫਜ਼ ਕਰ ਚੁੱਕਾ ਹੈ ਵੋ, ਅਬ ਮੈਨੇ ਉਸਕੋ ਹਾਫਿਜ਼ ਬਣਾਉਣਾ ਹੈ। ਜੀ ਗੁਜ਼ਾਰਾ ਹੋਤਾ ਹੈ, ਨਾਰੀਅਲ ਵੇਚਦੇ ਹੈ, 170 ਰੁਪਏ ਕਾ ਇੱਕ ਦਾਣਾ ਮਿਲਤਾ ਹੈ ਹਮਕੋ, ਇਸੇ 7 ਦਾਣੇ ਲਗਾਤੇ ਹੈ ਹਮ, ਔਰ 7 ਦਾਣੇ ਮੇਂ ਸੇ 800-700 ਰੁਪਇਆ ਬਚਦਾ ਹੈ, 200 ਰੁਪਏ ਹਮ ਖਾ ਲੇਤੇ ਹੈ, 400-500 ਰੁਪਇਆ ਮੇਰਾ ਘਰ ਜਾਤਾ ਹੈ। ਔਰ ਸਾਧ ਮੇਂ ਕਾਮ ਕਰਤੇ ਹੈ, ਮਜ਼ਦੂਰੀ ਇਹ ਵੀ ਕਰਤੇ ਹੈ, ਔਰ ਦੇਗੋਂ ਕਾ ਕਾਮ ਵੀ ਕਰਤੇ ਹੈ, ਦੇਗੇ ਵੀ ਪਕਾਤੇ ਹੈ, ਉਧਰ ਸੇ ਮਿਲਤੇ ਹੈ 130 ਰੁਪਏ ਹਮਕੋ ਦੇਖ ਕੇ, ਇੱਕ ਦੇਗ ਪਕਾਨੇ ਕੇ। ਅਭੀ ਹਮਨੇ ਕਾਮ ਕਰਨਾ ਹੈ ਆਹ 9 ਤਰੀਕ ਤੱਕ, ਹਫ਼ਤੇ ਸੇ ਲੈ ਕੇ 9 ਤਰੀਕ ਤੱਕ ਹਮਨੇ ਕਾਮ ਕਰਨਾ, ਦੇਗੋਂ ਕੀ ਪਕਵਾਏਗਾ, ਇਹ ਕਾਮ ਬੰਦ ਕਰ ਦੇਂਗੇ, ਫਿਰ ਵੋ ਕਾਮ ਸ਼ੁਰੂ ਕਰ ਦੇਂਗੇ। ਬਹੁਤ ਮੁਸ਼ਕਿਲ ਹੈ ਜੀ, ਬਸ ਗੁਜ਼ਾਰਾ। ਪਿਛਲੇ ਮਹੀਨੇ ਹਮਨੇ ਬਿੱਲ ਤਾਰਾ, ਨਹੀਂ ਤਾਰਾ, ਫਿਰ ਇਸ ਮਹੀਨੇ ਫਿਰ ਬਿੱਲ ਦੁਬਾਰਾ ਡਬਲ ਆ ਗਿਆ, ਆਪਣਾ ਜੁਰਮਾਨੇ ਕੇ ਸਾਥ ਹਮਨੇ ਬਹੁਤ ਮੁਸ਼ਕਿਲ ਸੇ ਕਿਸੀ ਸੇ ਉਧਾਰ ਪਕੜ ਕੇ 5200 ਰੁਪਇਆ ਬਿੱਲ ਦਿਆ, 5500 ਰੁਪਇਆ ਇੱਧਰ ਸੇ ਕਿਸੀ ਕੇ ਅਕਾਊਂਟ ਮੇਂ ਭੇਜਾ, ਲਾਹੌਰ ਲਾਹੌਰ ਉਸ ਨੇ ਆ ਕੇ ਸਾਰਾ ਦਿੱਤਾ। 10 ਰੁਪਇਆ 20 ਰੁਪਏ ਨਾਰੀਅਲੇ, ਤਾਜ਼ਾ ਨਾਰੀਅਲੇ, ਮੀਠੇ ਨਾਰੀਅਲੇ ਜੀ। ਬੱਤੀ ਸਸਤੀ ਹੋਣੀ ਚਾਹੀਏ, ਪਾਣੀ ਹੋਣਾ ਚਾਹੀਏ, ਹਮਕੋ ਵੀ ਸਹੂਲਤ ਹੋਣੀ ਚਾਹੀਏ, ਜੋ ਫੇਰੀ ਕਰਦੇ ਹਾਂ ਫੇਰੀ ਵਾਲੋ ਕੋ ਵੀ ਕੋਈ ਨਾ ਕੋਈ ਰੋਜ਼ਗਾਰ ਮਿਲਣਾ ਚਾਹੀਏ। ਚੀਜ਼ ਸਸਤੀ ਹੋਗੀ, ਬੱਤੀ ਸਸਤੀ ਹੋਗੀ, ਤੇਲ ਸਸਤਾ ਹੋਗਾ, ਤਾਂ ਹਮਕੋ ਵੀ ਮਜ਼ਦੂਰੀ ਮਿਲੇਗੀ।